ਚਪਾਲ ਇੱਕ ਐਪ ਹੈ ਜਿਹਨੂੰ ਪੰਜਾਬੀਆਂ ਦੀ ਨੈਟਫਲਿਕਸ ਵੀ ਕਿਹਾ ਜਾਂਦਾ ਹੈ। ਪਰ ਇਸ ਫਰਕ ਇਹ ਹੈ ਕਿ ਪੰਜਾਬੀ ਚ ਪਲੱਸ ਕੁਝ ਰੀਜਨਲ ਲੈਂਗੁਏਜ ਜਿਸ ਤਰ੍ਹਾਂ ਭੋਜਪੁਰੀ ਬਿਹਾਰ ਚ ਥੋੜਾ ਬਹੁਤ ਹਰਿਆਣਵੀ ਹੈ। ਮੇਨਲੀ ਇਹ ਰੀਜਨਲ ਕੰਟੈਂਟ ਹੋਗਾ, ਹਿੰਦੀ ਇੰਗਲਿਸ਼ ਨਹੀਂ ਹੋਏਗਾ। ਓਟੀਟੀ ਪਲੈਟਫਾਰਮ ਹੁੰਦਾ ਫੋਨ, ਲੋਕੀ ਆਪਣੇ ਟਾਈਮ ਦੇ ਹਿਸਾਬ ਨਾਲ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਦੇਖਣਾ ਚਾਹੁੰਦੇ ਆ, ਤੇ ਫਿਰ ਅਸੀਂ ਚੌਪਾਲ ਲਾਂਚ ਕੀਤਾ 3 ਮਹੀਨੇ ਪਹਿਲਾਂ ਇੰਡੀਆ 'ਚ। ਜ਼ਿਆਦਾ ਫੋਕਸ ਪੰਜਾਬੀ 'ਚ ਹੈ ਪਰ ਹਰਿਆਣਵੀ ਭੋਜਪੁਰੀ ਵੀ ਹੈ, ਤਾਂ ਇਸ ਲਈ ਇੱਕ ਹਿੰਦੀ 'ਚ ਅਸੀਂ ਕੀਤਾ ਤਾਂ ਕਿ ਭੋਜਪੁਰੀ ਵਾਲੇ ਵੀ ਸਮਝ ਸਕਣ। ਕਲਮ ਸਭ ਤੋਂ ਪਾਵਰਫੁਲ ਹੁੰਦੀ ਹੈ, ਅਗਰ ਤੁਸੀਂ ਲੋਕਾਂ ਨੂੰ ਅਵੇਅਰ ਕਰੋਗੇ, ਮੀਡੀਆ ਵਾਲੇ ਦੱਸਣਗੇ ਵੀ ਇਹ ਕੰਟੈਂਟ ਤੁਸੀਂ ਪਾਇਰੇਟਿਡ ਨਾ ਦੇਖੋ, ਕੁਆਲਿਟੀ ਉਨੀ ਅੱਛੀ ਨਹੀਂ ਹੁੰਦੀ, ਤੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਰੈਵੋਲੂਸ਼ਨ ਆ ਸਕਦੀ ਹੈ। ਤੁਹਾਡੀ ਆਪਣੀ ਨੈਟਫਲਿਕਸ ਹੈ, ਇਹਨੂੰ ਤੁਸੀਂ ਓਰੀਜਨਲ ਦੀ ਤਰ੍ਹਾਂ ਹੀ ਦੇਖੋ, ਬਸ ਸਾਡਾ ਹੌਸਲਾ। ਤੁਸੀਂ ਆਸ ਰੱਖਦੇ ਆ ਵੀ ਇਹ ਨੈਟਫਲਿਕਸ ਨੂੰ ਕੱਟੇਗੀ, ਉਸ ਤੋਂ ਉੱਪਰ ਜਾਏਗੀ, ਉਹ ਡਿਪੈਂਡ ਕਰਦਾ ਕਿ ਅਸੀਂ ਇਹ ਤੇ ਪ੍ਰੋਡਕਟ ਜਿਹੜਾ ਜੀ ਉਹ ਕਿੱਦਾਂ ਕਦਾ ਪਾਉਂਦੇ ਹਾਂ। ਜਿਸ ਲੈਵਲ 'ਤੇ ਤੁਸੀਂ ਇਹਨੂੰ ਖੋਲ੍ਹ ਰਹੇ ਹੋ, ਚਲਾ ਰਹੇ ਹੋ, ਹੁਣ ਸ਼ੁਰੂ ਕੀਤਾ ਤੁਸੀਂ, ਅਤੇ ਪੂਰੀ ਉਮੀਦ ਆ ਵੀ ਇਸ 'ਤੇ ਬਹੁਤ ਵੱਡਾ ਕੰਮ ਹੋਊਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਬਹੁਤ ਧੰਨਵਾਦ, ਮੈਂ ਅਰਸ਼ਦੀਪ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਅੱਜ ਸਾਰੇ ਅਸੀਂ ਪਹੁੰਚੇ ਹੋਏ ਹਾਂ, ਤੁਸੀਂ ਸਾਰਿਆਂ ਨੇ ਦੇਖਿਆ ਕਿ ਚੌਪਾਲ ਦੇ ਪੋਸਟਰ ਲੱਗੇ ਹੋਏ ਆ। ਸੋ ਚੌਪਾਲ ਇੱਕ ਐਪ ਹੈ ਜਿਹਨੂੰ ਪੰਜਾਬੀਆਂ ਦੀ ਨੈਟਫਲਿਕਸ ਵੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ, ਕਿਹੜਾ ਕਿਹੜਾ ਕੰਟੈਂਟ ਹੈ, ਇਹ ਸਭ ਦੀ ਇਨਫੋਰਮੇਸ਼ਨ ਦੇ ਲਈ ਜਿਹਨਾਂ ਨੇ ਚੌਪਾਲ ਬਣਾਈ ਹੈ ਉਹ ਪੂਰਾ ਕੈਨੇਡਾ ਦਾ ਅੱਜ ਟੂਰ ਕਰ ਰਹੇ ਨੇ, ਅਤੇ ਉਸ ਦੇ ਵਿੱਚ ਅੱਜ ਇਹ ਵੈਨਕੂਵਰ ਪਹੁੰਚੇ ਹੋਏ ਨੇ, ਸਰੀ ਪਹੁੰਚੇ ਹੋਏ ਨੇ। ਮੈਂ ਗੱਲ ਕਰ ਰਹੀ ਹਾਂ ਸੰਦੀਪ ਬਾਂਸਲ ਜੀ ਦੀ ਅਤੇ ਰੂਬੀ ਜੀ ਦੀ। ਇਹ ਇੱਥੇ ਪਹੁੰਚੇ ਹੋਏ ਨੇ ਅਤੇ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਦੇ ਰਹੇ ਨੇ। ਪਹਿਲਾਂ ਤਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਦੇ ਲਈ। ਸੋ ਵੈਲਕਮ ਕਰਦੇ ਹਾਂ ਜੀ ਅੱਜ ਇਹਨਾਂ ਦਾ, ਅਤੇ ਇਹਨਾਂ ਤੋਂ ਜਾਣਦੇ ਹਾਂ ਚੌਪਾਲ ਦੇ ਬਾਰੇ ਕਿ ਚੌਪਾਲ ਕੀ ਹੈ, ਕਿਸ ਤਰ੍ਹਾਂ ਦੇ ਨਾਲ ਇਹ ਐਕਸੈਸ ਕਰ ਸਕਦੇ ਹਾਂ ਅਸੀਂ, ਕਿਸ ਤਰ੍ਹਾਂ ਦੇ ਨਾਲ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਕਿਹੜਾ ਕਿਹੜਾ ਕੰਟੈਂਟ ਸਾਡੇ ਤੱਕ ਪਹੁੰਚੇਗਾ। ਸੋ ਵਾਂਸ ਅਗੇਨ ਲੈਟਸ ਵੈਲਕਮ ਸੰਦੀਪ ਜੀ ਐਂਡ ਰੂਬੀ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਸਾਰਿਆਂ ਨੂੰ ਥੈਂਕ ਯੂ, ਤੁਸੀਂ ਇੱਥੇ ਆਏ, ਸਾਡਾ ਹੌਸਲਾ ਵਧਾਇਆ। ਆਪਾਂ ਅੱਗੇ ਵਧੀਏ, ਉਸ ਤੋਂ ਪਹਿਲਾਂ ਮੈਂ ਕੁਛ ਤੁਹਾਨੂੰ ਦਿਖਾਉਣਾ ਚਾਹੁੰਦਾ, ਸਾਡੀ ਪ੍ਰੈਜੈਂਟੇਸ਼ਨ ਚੌਪਾਲ ਕੀ ਹੈ ਥੋੜ੍ਹਾ ਬਹੁਤ ਤੁਹਾਨੂੰ ਪਤਾ ਲੱਗੂਗਾ, ਬਾਕੀ ਅਸੀਂ ਕੁਐਸਚਨ ਆਨਸਰ ਕਰਦੇ ਹਾਂ ਉਦੋਂ ਦੱਸਦੇ। ਅਤੇ ਇੱਕ ਵਾਰ 5 ਮਿੰਟ ਦਾ ਇਹ ਪ੍ਰੈਜੈਂਟੇਸ਼ਨ ਹੈ, ਉਹ ਦੇਖੋ ਪਲੀਜ਼। Thank you. ਇਹ ਸੀ ਜੀ ਥੋੜ੍ਹਾ ਚੌਪਾਲ ਦਾ ਇੱਕ ਪ੍ਰੈਜੈਂਟੇਸ਼ਨ, ਇਹਦੀ ਲੁੱਕ ਐਂਡ ਫੀਲ ਕਿਸ ਤਰ੍ਹਾਂ ਦਿਖਦਾ। ਚੌਪਾਲ ਇਹ ਇੱਕ ਓ ਟੀ ਟੀ ਪਲੈਟਫਾਰਮ ਹੈ, ਜਿਸ ਤਰ੍ਹਾਂ ਨੈੱਟਫਲਿਕਸ ਹੈ, ਐਮਾਜ਼ਨ ਪ੍ਰਾਈਮ ਹੈ, ਹੌਟਸਟਾਰ ਹੈ, ਇਸ ਤਰ੍ਹਾਂ ਦੇ ਜਿਸ ਤਰ੍ਹਾਂ ਆਪਣੇ ਹੋਰ ਓ ਟੀ ਟੀ ਪਲੈਟਫਾਰਮ ਹੈ। ਪਰ ਇਹ 'ਚ ਫਰਕ ਇਹ ਹੈ ਕਿ ਪੰਜਾਬੀ 'ਚ ਹੈ ਪਲੱਸ ਕੁਛ ਰੀਜਨਲ ਲੈਂਗੁਏਜ ਜਿਸ ਤਰ੍ਹਾਂ ਭੋਜਪੁਰੀ ਬਿਹਾਰ 'ਚ ਥੋੜ੍ਹਾ ਬਹੁਤ ਹਰਿਆਣਵੀ ਹੈ। ਮੇਨਲੀ ਇਹ ਰੀਜਨਲ ਕੰਟੈਂਟ ਹੋਵੇਗਾ, ਹਿੰਦੀ ਇੰਗਲਿਸ਼ ਨਹੀਂ ਹੋਏਗਾ। ਅਤੇ
असी थोड़े को आए हैं, असी 3 महीने पहला लॉन्च किया, हूँ असी कैनेडा च ऑफिशियली लॉन्च कर आए हैं। सोनू सर दसन कि एक पंजाबी OTT प्लेटफॉर्म भी आ गया, तो इसलिए थोड़े ना रूबरू भी हो रहे हैं। तो हम अगर किसी ने कोई क्वेश्चन हो, कोई डाउट हो, कोई समझ ना आई हो, अवेलेबल हैं। असी मैं अपनी थोड़ी बैकग्राउंड भी दस दिना, मेरे पार्टनर रूबी जी की भी। रूबी जी स्पीड रिकॉर्ड्स तो है, जो म्यूजिक नू फॉलो करते हैं उन्होंने स्पीड रिकॉर्ड्स का तो पता ही होगा। 2004 तो इन्होंने किया, पायनियर है म्यूजिक इंडस्ट्री पंजाबी। तो मैं जी मैं केबल ऑपरेटर तो लैके चैनल बिजनेस तक आया। मेरे केबल का काम है उत्थे, फिर मेरा एक दिव्या चैनल है, धार्मिक चैनल है। उस तो बाद मैं एक म्यूजिक चैनल शुरू किया, पंजाबी म्यूजिक चैनल 9XTRUSHN है उसका नाम। फिर एक मूवी चैनल शुरू किया, उसका नाम है पिटारा। तो टाइम के नाल जिस तरह टाइम समय बदलिया, असी अपने आप नूं भी चेंज किया। हुण टाइम यह आ गया कि OTT प्लेटफॉर्म ऑन द फोन, लोग अपनी टाइम के हिसाब नाल अपनी सहूलियत के हिसाब नाल देखना चाहते हैं। तो फिर असी चौपाल लॉन्च किया 3 महीने पहला इंडिया च। ये मेरी बैकग्राउंड है जी। हुण असी हाजिर हैं थोड़े क्वेश्चन आंसर लिए। ਤੁਹਾਡਾ ਚਪਾਲ ਸ਼ੁਰੂ ਕਰਨ 'ਤੇ ਸਵਾਗਤ ਆ ਜੀ। ਪਰ ਮੈਨੂੰ ਇਹ ਸਮਝ ਨਹੀਂ ਲੱਗੀ ਵੀ ਕਹਿ ਰਹੇ ਸੀ ਵੀ ਜਿਵੇਂ ਨੈੱਟਫਲਿਕਸ ਆ, ਹੈ ਨਾ, ਉਹਦੇ ਲਈ ਤਾਂ ਉਹ ਬਕਾਇਦਾ ਇੱਕ ਫੀਸ ਵਗੈਰਾ ਭਰੀ ਜਾਂਦੀ ਆ ਅਤੇ ਫਿਰ ਉਹ ਚੱਲਦਾ, ਇਹ ਕਿਵੇਂ ਅਵੇਲੇਬਲ ਹੋਊਗਾ? ਇਹ ਵੀ ਸੇਮ ਹੈ ਜੀ, ਸਬਸਕ੍ਰਿਪਸ਼ਨ ਡਰਾਈਵਨ ਹੈ। ਇਹ ਤੁਸੀਂ ਡਾਊਨਲੋਡ ਕਰਨਾ ਆਪਣੇ ਮੋਬਾਈਲ ਤੋਂ ਜਾਂ TV 'ਤੇ, ਅਤੇ ਉਸ ਤੋਂ ਬਾਅਦ ਸਬਸਕ੍ਰਾਈਬ ਕਰਨਾ ਪਊਗਾ। ਇਹ ਡਿਪੈਂਡ ਕਰਦਾ ਡਿਵਾਈਸ 'ਤੇ, ਮੰਥਲੀ ਵੀ ਹੈ, ਐਨੂਅਲ ਵੀ ਹੈ। ਸਟਾਰਟ ਹੋ ਰਿਹਾ ਹੈ $5.99 ਤੋਂ। ਮੈਂ ਇਹ ਪੁੱਛਣਾ ਸੀ ਵੀ ਚੌਪਾਲ ਦਾ ਮਤਲਬ ਕੀ ਹੈ, ਮਤਲਬ ਕਿ ਤੁਸੀਂ ਜ਼ਿਆਦਾ ਪੰਜਾਬੀ ਕਸਟਮਰ ਨੂੰ ਅਟਰੈਕਟ ਕਰ ਰਹੇ ਹੋ, ਤੁਹਾਨੂੰ ਕੋਈ ਪੰਜਾਬੀ ਨਾਮ ਨਹੀਂ ਮਿਲਿਆ? ਨਹੀਂ, ਪੰਜਾਬੀ ਨਾਮ ਮਿਲ ਰਿਹਾ ਸੀ ਜੀ, ਪਰ ਅਸੀਂ ਇਕੱਲਾ ਇਹਦਾ ਪੰਜਾਬੀ 'ਚ ਨਾਮ ਹੁੰਦਾ ਸੱਤ, ਹੈ ਨਾ, ਚੌਪਾਲ ਦਾ ਮਤਲਬ ਸੱਤ ਹੁੰਦਾ। ਪਰ ਕਿਉਂਕਿ ਅਸੀਂ ਹਿੰਦੁਸਤਾਨ ਦੀਆਂ ਹੋਰ ਖੇਤਰੀ ਭਾਸ਼ਾ ਨੂੰ ਵੀ ਜੋੜ ਰਹੇ ਹਾਂ ਨਾਲ, ਅਤੇ ਸਾਨੂੰ ਇੱਕ ਇਹੋ ਜਿਹਾ ਸ਼ਬਦ ਚਾਹੀਦਾ ਸੀ ਜਿਹੜਾ ਇਹਨੂੰ ਲੜੀ, ਇੱਕ ਲੜੀ ਦਾ ਸਭ ਦਾ ਮਤਲਬ ਇੱਕੋ ਹੀ ਹੋਵੇ। ਕਿਉਂਕਿ ਅਗਰ ਮੈਂ ਹਰਿਆਣਾ 'ਚ ਜਾਵਾਂ ਤਾਂ ਉਹਨਾਂ ਨੂੰ ਸੱਤ ਦਾ ਮਤਲਬ ਨਹੀਂ ਪਤਾ ਲੱਗਣਾ ਸੀ, ਉਹਨਾਂ ਨੂੰ ਪਤਾ ਉੱਥੇ ਬੈਠ ਕਹਿੰਦੇ ਆ, ਬਿਹਾਰ 'ਚ ਕੁਛ ਹੋਰ ਕਹਿੰਦੇ ਆ। ਅਤੇ ਅਸੀਂ ਫਿਰ ਬੜੀ ਸਰਚ ਕੀਤੀ, ਸਾਨੂੰ ਤਕਰੀਬਨ 1 ਸਾਲ ਲੱਗਿਆ ਨਾਮ ਫਾਈਨਲ ਕਰਨ 'ਚ। ਇਹ ਪਾਕਿਸਤਾਨ 'ਚ ਵੀ ਇਹਨੂੰ ਚੌਪਾਲ ਲੋਕ ਸਮਝਦੇ ਵੀ ਚੌਪਾਲ ਕੀ ਹੈ, ਅਤੇ ਜਿਹੜੇ ਲੋਕ ਨਹੀਂ ਸਮਝਦੇ ਅਸੀਂ ਉਹਨਾਂ ਨੂੰ ਸਮਝਾ ਰਹੇ ਕਿ ਇਹਦਾ ਨਾਂ ਮਤਲਬ ਸੱਤ ਹੀ ਹੈ ਜਾਂ ਇਹਦਾ ਮਤਲਬ ਬੈਠਕ ਹੀ ਹੈ। ਅਤੇ ਇੱਕ ਲੜੀ ਲੜੀ ਸਾਨੂੰ ਚਾਹੀਦਾ ਸੀ ਜਿਹੜਾ ਸਾਰੇ ਮਨਕਿਆਂ ਨੂੰ ਜੋੜ ਕੇ ਰੱਖ ਸਕੇ, ਉਹ ਚੌਪਾਲ ਸਾਨੂੰ ਲੱਗਿਆ ਵੀ ਬੈਸਟ ਨਾਮ ਹੈ। ਸਵਾਗਤ ਹੈ ਜੀ ਤੁਹਾਡਾ, ਤੁਸੀਂ ਆਏ ਹੋ ਇੱਥੇ ਵੈਨਕੂਵਰ ਦੀ ਧਰਤੀ 'ਤੇ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਤੁਸੀਂ ਚੌਪਾਲ ਦੀ ਜਾਣ ਪਹਿਚਾਣ ਕਰਾਉਣ ਲੱਗੇ ਆ, ਕੁਝ ਪਲਾਂ ਦੀਆਂ ਵੀਡੀਓ ਸਿਖਾਈਆਂ ਨੇ, ਅਤੇ ਹੁਣੇ ਜ਼ਿਕਰ ਕਰਕੇ ਹਟੇ ਹੋ ਕਿ ਇਹ ਪੰਜਾਬੀ ਦਾ ਨੈੱਟਫਲਿਕਸ ਹੈ। ਜਾਣ ਪਹਿਚਾਣ ਦੇ ਵਿੱਚ ਹਿੰਦੀ ਬੋਲਣ ਵਾਲਾ ਸ਼ਖਸ ਹਿੰਦੀ ਦੇ ਵਿੱਚ ਜਾਣ ਪਹਿਚਾਣ ਕਰਾ ਰਿਹਾ ਸੀ, ਇਹ ਥੋੜ੍ਹਾ ਜਿਹਾ ਦੱਸੋ ਵੀ ਇਹਦੇ ਵਿੱਚ ਇਕੱਲਾ ਪੰਜਾਬੀ ਦਾ ਨੈੱਟਫਲਿਕਸ ਹੈ ਕਿ ਹਿੰਦੀ ਦਾ ਵੀ ਹੈ? ਤੁਸੀਂ ਕਿਹਾ ਕਿ ਹਿੰਦੀ ਅਤੇ ਅੰਗਰੇਜ਼ੀ ਨਹੀਂ ਹੈ ਇਹਦੇ 'ਚ, ਪਰ ਇੰਟਰੋਡਕਸ਼ਨ ਹੈ ਜਿਹੜੀ ਉਹ ਹਿੰਦੀ ਦੇ ਵਿੱਚ ਦੇ ਰਿਹਾ ਸਰ? ਨਹੀਂ, ਇਹ ਕਿਉਂਕਿ ਹਰਿਆਣਵੀ ਅਤੇ ਭੋਜਪੁਰੀ ਵੀ ਕੰਟੈਂਟ ਹੈ ਇਹਦੇ 'ਚ, ਜ਼ਿਆਦਾ ਫੋਕਸ ਪੰਜਾਬੀ 'ਚ ਹੈ ਪਰ ਹਰਿਆਣਵੀ ਭੋਜਪੁਰੀ ਵੀ ਹੈ, ਤਾਂ ਇਸ ਲਈ ਇੱਕ ਇਹ ਹਿੰਦੀ 'ਚ ਅਸੀਂ ਕੀਤਾ ਤਾਂ ਕਿ ਭੋਜਪੁਰੀ ਵਾਲੇ ਵੀ ਸਮਝ ਸਕਣ। ਹਾਂਜੀ, ਇਹ ਛੋਟਾ ਜਿਹਾ ਮੇ ਬੀ ਇਹ ਟੈਕਨੀਕਲ ਕੁਐਸਚਨ ਆ, ਮੇਰੇ ਖਿਆਲ ਤੋਂ ਬਾਹਰ ਹੋਵੇ, ਤੁਸੀਂ ਜੇ ਗਾਈਡ ਕਰ ਸਕੋ, ਕਿਉਂਕਿ ਮੈਂ ਮੂਵੀ ਦੇਖਣ ਦੀ ਕੋਸ਼ਿਸ਼ ਕੀਤੀ, ਮੈਨੂੰ ਮੂਵੀ ਤੋਂ 1 ਘੰਟਾ ਪਹਿਲਾਂ ਚੌਪਾਲ ਨਾਲ ਹੀ ਮੱਥਾ ਮਾਰਨਾ ਪਿਆ। ਚੌਪਾਲ ਡਾਊਨਲੋਡ ਕੀਤਾ ਅਤੇ ਉਸ ਤੋਂ ਬਾਅਦ ਜਦੋਂ ਮੂਵੀ ਅਸੀਂ ਆਪਣੇ ਥੀਏਟਰ ਦੇ ਵਿੱਚ ਮਿਰਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਏਅਰਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਕਿਉਂਕਿ ਫੋਨ 'ਤੇ ਤਾਂ ਦੇਖਣੀ ਨਹੀਂ ਸੀ ਮੂਵੀ ਸਾਰੀ, ਹੈ ਨਾ, ਪਰ ਉਹ ਐਵਰੀ ਟਾਈਮ ਅਸੀਂ ਪਲੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵੀਡੀਓ ਚਲੀ ਜਾਂਦੀ ਸੀ, ਸਿਰਫ ਆਡੀਓ ਰਹਿ ਜਾਂਦੀ ਸੀ। ਉਹ ਤੁਸੀਂ ਦੱਸ ਸਕਦੇ ਹੋ ਕੀ ਵਜ੍ਹਾ ਹੋ ਸਕਦੀ ਹੈ? ਦੇਖੋ, ਏਅਰਪਲੇ ਲਈ ਮੈਨੂੰ ਨਹੀਂ ਪਤਾ ਤੁਸੀਂ ਕਦ ਕੀਤਾ, ਪਰ ਏਅਰਪਲੇ ਲਈ ਤੁਹਾਡੇ TV 'ਚ ਵੀ ਏਅਰਪਲੇ ਦਾ ਫੀਚਰ ਹੋਣਾ ਚਾਹੀਦਾ। ਅਗਰ ਤੁਹਾਡੇ TV 'ਚ ਏਅਰਪਲੇ ਦਾ ਫੀਚਰ ਨਹੀਂ, ਆਈਫੋਨ 'ਤੇ TV 'ਚ ਏਅਰਪਲੇ ਦਾ ਹੋਣਾ ਚਾਹੀਦਾ, ਤਦ ਚੱਲੇਗਾ।
दोनों का सिंक होना चाहिए। दूसरा अगर तुसी तीन हफ्ते पहला किता सी ता ये साडे कोल फीचर नहीं सी, नहीं परसों दी गल है। हां फिर थोड़े टीवी च अगर एयरप्ले नहीं है फिर नहीं चलेगा, तुनु ये चेक करना पड़ेगा। थिएटर ते प्ले करने की कोशिश कर रहे सी थिएटर दी अपनी स्क्रीन ते। हां पर ਉਹਦੇ ਫੀਚਰ ਹੋਣਾ ਚਾਹੀਦਾ, ਫੀਚਰ ਹੋਣਾ ਚਾਹੀਦਾ। 에어ਪਲੇ ਦਾ ਫੀਚਰ ਹੈ ਸੀ ਉਹਦੇ ਵਿੱਚ, ਪਰ ਜਿੰਨੀ ਵਾਰੀ ਵੀ ਪਲੇ ਕੀਤਾ ਨਾ ਐਵਰੀ ਟਾਈਮ ਉਹਦੇ ਨਾਲ ਕਨੈਕਟ ਕੀਤਾ ਤਾਂ ਆਡੀਓ ਰਹਿ ਜਾਂਦੀ ਸੀ, ਵੀਡੀਓ ਖਤਮ ਹੋ ਜਾਂਦੀ ਸੀ। ਪਲੇ ਹੋ ਰਿਹਾ ਸੀ ਪਰ ਵੀਡੀਓ ਨਹੀਂ ਸੀ ਆ ਰਹੀ, ਤੇ ਚੈੱਕ ਕਰਨਾ ਪਏਗਾ ਜੀ। ਪਰ ਮੈਨੂੰ ਲੱਗਦਾ ਕਿ ਚੈੱਕ ਕਰ ਲੈਂਦੇ ਆ। ਫਿਰ ਅਲਟੀਮੇਟਲੀ ਅਸੀਂ ਸਿਰਫ ਮੂਵੀ ਇਹਦੇ ਤੇ ਆਪਣੇ ਫੋਨ ਤੇ ਜਾਂ ਲੈਪਟਾਪ ਤੇ ਹੀ ਦੇਖ ਸਕੀਆ, ਥੀਏਟਰ 'ਚ ਨਹੀਂ ਦੇਖ ਸਕੇ। ਥੀਏਟਰ 'ਚ ਦਿਖਾਵਾਂਗੇ ਜੀ ਤੁਹਾਨੂੰ, ਮੈਨੂੰ ਚੈੱਕ ਕਰਨ ਦਿਓ, ਮੈਂ ਤੁਹਾਨੂੰ ਮਿਲ ਲੂੰਗਾ। ਠੀਕ ਹੈ, ਥੈਂਕ ਯੂ। Most of us, we all know, ethe ek jadoo box is very popular. Aur ek tarike da oh media de layi ek bahut bada challenge hai. Because Netflix and many things are easily available there. But as a media representative, we want to see the original content at the right OTT platform. If that is the case with Chopal, ਤਾਂ ਇਹ ਕਿੱਦਾਂ ਬਾਈਫਰਕੇਟ ਹੋਏਗਾ ਕਿ ਕਿਹੜਾ ਕੰਟੈਂਟ ਸਿਰਫ ਸਬਸਕ੍ਰਿਪਸ਼ਨ ਕਰਨ ਤੇ ਮਿਲੇਗਾ ਉੱਥੇ ਨਹੀਂ ਮਿਲੇਗਾ? ਦੇਖੋ ਜੀ, ਇਹ ਤਾਂ ਲੋਕਾਂ ਦੇ ਹੱਥ 'ਚ ਹੈ। ਆਈ ਪੀ ਬਾਕਸ ਅਗਰ ਤੁਸੀਂ ਦੇਖਣਾ ਬੰਦ ਕਰ ਦਿਓਗੇ ਤਾਂ ਉਹ ਪਾਉਣਾ ਬੰਦ ਕਰ ਦੇਣਗੇ, ਤਾਂ ਅਦਰਵਾਈਜ਼ ਔਰ ਕਹਿੰਦੇ ਕਲਮ ਸਭ ਤੋਂ ਪਾਵਰਫੁਲ ਹੁੰਦੀ ਹੈ। ਅਗਰ ਤੁਸੀਂ ਲੋਕਾਂ ਨੂੰ ਅਵੇਅਰ ਕਰੋਗੇ, ਮੀਡੀਆ ਵਾਲੇ ਦੱਸਣਗੇ ਵੀ ਇਹ ਕੰਟੈਂਟ ਤੁਸੀਂ ਪਾਇਰੇਟਿਡ ਨਾ ਦੇਖੋ, ਕੁਆਲਿਟੀ ਉਨੀ ਅੱਛੀ ਨਹੀਂ ਹੁੰਦੀ, ਤੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਰੈਵੋਲੂਸ਼ਨ ਆ ਸਕਦੀ ਹੈ। ਬਾਕੀ ਇਹ ਸਾਡੀ ਓਬਜ਼ਰਵੇਸ਼ਨ ਹੈ ਕਿ ਵਰਲਡ ਦੇ ਵਿੱਚ ਕੈਨੇਡਾ ਇੱਕ ਇਹੋ ਜਿਹਾ ਕੰਟਰੀ ਹੈ ਜਿੱਥੇ ਪਾਇਰੇਸੀ ਦਾ ਕੋਈ ਲਾਅ ਹੀ ਨਹੀਂ ਹੈ, ਕੋਈ ਰੋਕਦਾ ਹੀ ਨਹੀਂ ਹੈ। ਚਾਹੇ ਉਹ ਚੌਪਾਲ ਦਾ ਕੰਟੈਂਟ ਕੀ ਹੈ, ਚਾਹੇ ਨੈੱਟਫਲਿਕਸ ਦਾ, ਕਿਸੇ ਕੋਈ ਪਿਕਚਰ 100-200-500 crore ਦੀਆਂ ਪਿਕਚਰਾਂ ਬਣਦੀਆਂ, ਉਹ ਵੀ ਅਵੇਲੇਬਲ ਹੋ ਜਾਂਦੀ ਅਗਲੇ ਦਿਨ। ਤਾਂ ਉਹ ਤਾਂ ਲੋਕਾਂ ਨੂੰ, ਸਰਕਾਰ ਨੂੰ ਦੇਖਣਾ ਹੈ, ਮੋਸਟਲੀ ਤਾਂ ਸਰਕਾਰ ਨੂੰ ਦੇਖਣਾ ਚਾਹੀਦਾ, ਪਰ ਮੀਡੀਆ ਦਾ ਯੋਗਦਾਨ ਬਹੁਤ ਜ਼ਰੂਰੀ ਹੁੰਦਾ। ਮੀਡੀਆ ਲਿਖੇ, ਦੱਸੇ ਸਰਕਾਰ ਨੂੰ ਕਿ ਇਹ ਗਲਤ ਹੋ ਰਿਹਾ ਇੱਥੇ। ਅਗਰ ਇੰਡਸਟਰੀ ਪੰਜਾਬੀ, ਅਗਰ ਮੈਂ ਪੰਜਾਬੀ ਦੀ ਗੱਲ ਕਰਾਂ, ਅਗਰ ਪੰਜਾਬੀ ਇੰਡਸਟਰੀ ਨੂੰ ਗਰੋ ਕਰਨਾ ਕੈਨੇਡਾ ਦੇ ਵਿੱਚ, ਪਾਇਰੇਸੀ ਦਾ ਰੁਕਣਾ ਬਹੁਤ ਜ਼ਰੂਰੀ ਹੈ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜਿੱਦਾਂ ਫਿਲਮ ਮੇਕਰਸ ਵਾਸਤੇ ਜਦੋਂ ਤੁਸੀਂ ਕੰਟੈਂਟ ਖਰੀਦਦੇ ਆ, ਜਦੋਂ ਨੈੱਟਫਲਿਕਸ, ਤੁਸੀਂ ਨੈੱਟਫਲਿਕਸ ਨਾਲ ਕੰਪੇਅਰ ਕਰ ਰਹੇ, ਨੈੱਟਫਲਿਕਸ ਕੰਟੈਂਟ ਬਣਾਉਣ ਵਾਸਤੇ ਫਾਈਨੈਂਸ ਕਰਦਾ ਆ ਕਿ ਆਹ ਕੰਟੈਂਟ ਸਾਨੂੰ ਚਾਹੀਦਾ, ਸਕ੍ਰਿਪਟ ਲੈਂਦੇ ਆ, ਸਕ੍ਰਿਪਟ ਉਹ ਕਰਕੇ ਦੋ, ਕਹਿੰਦੇ ਕਿ ਆਹ ਵਾਲੀ ਤੁਸੀਂ ਸਾਨੂੰ ਬਣਾ ਕੇ ਦੇ ਦਿਓ, ਅਤੇ ਇੱਦਾਂ ਦਾ ਚੌਪਾਲ ਦਾ ਵੀ ਕੋਈ ਡਿਜ਼ਾਈਨ ਹੈ? ਹਾਂਜੀ, ਇੱਦਾਂ ਹੀ ਅਸੀਂ ਆਪ ਵੀ ਬਣਾ ਰਹੇ ਹਾਂ ਚੌਪਾਲ, ਅੱਗੇ ਜਿਹੜੇ ਦੂਜੇ ਹੋਰ ਸ਼ਾਰਟ ਫਿਲਮਸ ਉਹ ਲੈਂਦੇ ਹੈਗੇ ਆ, ਦੂਜਾ ਲੈਂਦੇ, ਵੈਬ ਸੀਰੀਜ਼ ਲੈਂਦੇ ਆ, ਆਪਣਾ ਕਿੱਦਾਂ ਹੈ? ਸਾਨੂੰ ਸਕ੍ਰਿਪਟ ਪਸੰਦ ਆ ਜਾਂਦੀ ਹੈ, ਸਾਰੀ ਸਾਡੀ ਟੀਮ ਹੈ। ਅੱਛਾ, ਉਹਦੇ 'ਚ ਫਿਰ ਅਸੀਂ ਉਹਨਾਂ ਨਾਲ ਅੱਗੇ ਸਾਰਾ ਸਰ, ਤੁਸੀਂ ਨੈੱਟਫਲਿਕਸ ਦਾ ਜੋ ਦੱਸਿਆ, ਨੈੱਟਫਲਿਕਸ ਦੇ ਵਿੱਚ ਅਤੇ ਸਾਡੇ 'ਚ ਕਿਆ ਡਿਫਰੈਂਸ ਹੈ? ਨੈੱਟਫਲਿਕਸ ਵਾਲਾ ਤੁਹਾਨੂੰ ਕਮਿਸ਼ਨ ਕਰ ਦਿੰਦਾ, ਪੈਸੇ ਨਹੀਂ ਦਿੰਦਾ, ਪੈਸੇ ਉਹ ਦਿੰਦਾ 45 ਦਿਨ ਬਾਅਦ ਕਿਸ਼ਤਾਂ 'ਚ। ਲਾਸਟ ਦੇ ਵਿੱਚ ਜਦ ਤੱਕ ਤੁਸੀਂ ਉਹਨੂੰ ਦਿੰਦੇ ਨਹੀਂ, ਉਹਦਾ ਪੂਰਾ ਨਹੀਂ ਹੁੰਦਾ, ਪੂਰੇ ਪੈਸੇ ਨਹੀਂ ਦਿੰਦਾ। ਅਸੀਂ ਪਹਿਲਾਂ ਪੈਸੇ ਦਿੰਦੇ, ਅਸੀਂ ਬੈਟਰ ਹੈਗੇ ਉਸ ਸੈਂਸ ਨੈੱਟਫਲਿਕਸ ਨਾਲੋਂ, ਅਸੀਂ ਲੋਕਾਂ ਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦੋਗੇ ਉਸੇ ਬੈਟਰ? ਉਹ ਤਾਂ ਸਰ ਤੁਸੀਂ ਹੁਣ ਇਹ ਤਾਂ ਅਲੱਗ ਫੋਰਮ ਹੈ, ਉਹ ਫੋਰ ਆਪਾਂ ਮਿਲਾਂਗੇ ਅਲੱਗ ਤੋਂ, ਤੁਹਾਨੂੰ ਦੱਸਾਂਗਾ। ਪਰ ਨੈੱਟਫਲਿਕਸ 'ਤੇ ਲੋਕਾਂ ਦੇ ਪੈਸੇ ਵੀ ਫਸੇ ਆ ਬਹੁਤ, ਠੀਕ ਹੈ, ਕਿਉਂਕਿ ਉਹ ਅਗਰ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਨਾਲ ਡਿਲੀਵਰ ਨਹੀਂ ਹੁੰਦਾ ਤਾਂ ਉਹ ਫਿਰ ਰੋਕ ਲੈਂਦੇ ਆ। ਅਸੀਂ ਤਾਂ ਭਾਈਚਾਰੇ 'ਚ ਕਰ ਦਿੰਦੇ ਹਾਂ ਵੀ ਕੋਈ ਗੱਲ ਨਹੀਂ ਯਾਰ, ਆਪਣਾ ਛੱਡ ਦਿਓ। ਇੱਕ ਚੀਜ਼ ਹੋਰ ਪੁੱਛਣੀ ਸੀ ਸਰ, ਇੱਥੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀ, ਇਟ ਇਜ਼ ਅਬਾਊਟ ਸਬਸਕ੍ਰਿਪਸ਼ਨ, ਡੈਫੀਨੇਟਲੀ ਇਹ ਇੱਕ ਅਵੇਅਰਨੈਸ ਹੈਗੀ, ਐਂਡ ਇਸ ਤੋਂ ਇਲਾਵਾ ਇੱਥੇ ਕੁਛ ਕੰਮ ਵੀ ਹੋਏਗਾ, ਪ੍ਰੋਡਕਸ਼ਨ ਵੀ ਹੋ ਰਹੀਆਂ ਨੇ? ਹਾਂਜੀ ਹਾਂਜੀ, ਅਸੀਂ ਇੱਥੇ ਸਾਰੇ ਜਗ੍ਹਾ ਘੁੰਮੇ ਹਾਂ, ਪੂਰੇ ਕੈਨੇਡਾ, ਟੋਰਾਂਟੋ ਵੀ ਗਏ ਹਾਂ, ਵਿਨੀਪੈਗ ਵੀ ਗਏ ਹਾਂ, ਕੈਲਗਰੀ ਵੀ ਗਏ ਹਾਂ, ਇੱਥੇ ਟੈਲੈਂਟ ਬਹੁਤ ਹੈ ਕੈਨੇਡਾ ਵਿੱਚ, ਅਤੇ ਅੱਗੇ ਸਾਡੀਆਂ ਪਲੈਨਿੰਗਸ ਨੇ ਬੰਸਲ ਸਾਹਿਬ ਦੀਆਂ ਮੇਰੀਆਂ ਕਿ ਇੱਥੇ ਕੁਛ ਨਾ ਕੁਛ ਅਸੀਂ ਇੱਕ ਸਟੂਡੀਓ ਵੀ ਬਣਾਈਏ ਅਤੇ ਇੱਥੇ ਪ੍ਰੋਡਕਸ਼ਨ ਨੂੰ ਜ਼ਿਆਦਾ ਜ਼ੋਰ ਦੇਈਏ ਕਿ ਇੱਥੇ ਪ੍ਰੋਡਕਸ਼ਨ ਕਰੀਏ। ਬਟ ਸਭ ਨਾਲੋਂ ਜ਼ਿਆਦਾ ਪ੍ਰੋਬਲਮ ਆਈ ਆ ਰਹੀ ਹੈ ਕਿ ਇੱਥੇ ਪਾਇਰੇਸੀ ਬਹੁਤ ਹੈ, ਕਿ ਅਸੀਂ ਇੱਕ ਪੰਜਾਬ ਦੇ ਬਿਜ਼ਨਸਮੈਨ ਹੈਗੇ ਹਾਂ, ਸਾਡੀ ਕੋਈ ਮਲਟੀਨੈਸ਼ਨਲ ਕੰਪਨੀਆਂ ਤਾਂ ਹੈ ਨਹੀਂ, ਅਸੀਂ ਆਪਣੇ ਪੈਸੇ ਨਾਲ ਇਸ ਨੂੰ ਸਟਾਰਟ ਕੀਤਾ ਹੈ। ਨੈੱਟਫਲਿਕਸ ਵਗੈਰਾ ਤਾਂ ਮਲਟੀਨੈਸ਼ਨਲ ਕੰਪਨੀਆਂ ਨੇ, ਉਹਨਾਂ ਕੋਲ ਫਰਕ ਨਹੀਂ ਪੈਂਦਾ। ਅਸੀਂ ਇੱਥੇ ਆਏ ਹਾਂ ਅਤੇ ਪੰਜਾਬੀਆਂ ਨੂੰ ਮੈਸੇਜ ਆਪਣਾ ਹੀ ਦੇਣ ਵਾਸਤੇ ਕਿ ਯਾਰ ਸਾਡੀ ਹਿੰਮਤ ਵਧਾਓ,
साढ़े नाल पायरेसी दे कंट्रोल करो, ओरिजिनल सब्सक्राइब करो, बाकी बिल्कुल। थैंक यू सर, थैंक यू। मैं एक चीज़ ऐड ऑन करना चाहना, असी पिछले तीन हफ्ते तो एक टैलेंट हंट कैनेडा लई प्रोग्राम चला रहे थे, जिदे विच जो भी अगर कोई एक्टर अच्छा है, कोई डायरेक्टर अच्छा है, कोई राइटर अच्छा, ईवन सिंगर अच्छा है, असी उन्हें चौपाल या स्पीड दे विच चांस देवांगे। अज असी थोनों वो भी अनाउंस करना है कि उन्होंने चार विनर असी अनाउंस किए हैं, जिन्होंने असी आने वाली अपनी प्रोडक्शन जी कैनेडा च करांगे उन्होंने चांस देवांगे। ये वो साढ़े चार विनर है जिहड़े कैनेडा च है, कैनेडा असी उन्होंने काम इत्थे जब प्रोडक्शन शुरू करांगे इत्थे देवांगे काम। ईवन अगर सिंगर उन्होंने एक सिंगर है वो असी स्पीड कार्ड से गाना रिलीज़ करावे उन्होंने, हाँ जी एक्टर है उन्होंने अपने वैब सीरीज़ या मूवी चांस देवे। तो असी इतने टैलेंट नैलेंट भी ग्रो करा, असं इन्वैसटमेंट भी करना चाहते हैं, काफ़ी प्रोडक्शन इतने करना चाहते हैं काफ़ी। ये आने वाला समय दसेगा भी असं कि कर पावे, कामयाब हो पावे कैनेडा च कि नहीं। हलो जी, मेरा एक क्वेश्चन है इधर समझ, जिदा नैटफ्लिक्स का क्राइटेरिया है कि एडिटिंग दी कुछ एक टैक्नीक्स ने कि तुसी इन्नी ही एडिट कर सकते हो, या कैमराज दी भी है क्राइटेरिया कि आही वाले कैमराज यूज कर सकते हो, इन्ने लेंस यूज कर सकते हो, या फिर साउंड इफेक्ट तुसी इदा यूज कर सकते हो, कि चौपाल का भी कुछ इदा क्राइटेरिया है? हाँ जी, हाँ जी, सेम है। असं जब एग्रीमेंट करते हैं प्रोडक्शन हाउसिस नाल, असं अपना फॉर्मेट दें भी ये कैमरा होना चाहिए, ये लेंस होना चाहिए, ये ऑडियो साउंड होनी चाहिए है, एनी ड्यूरेशन होनी चाहिए, सब सेम ही होंगे जी। ओनली डिफरेंस है कि वो हिंदी इंग्लिश होंगे है, अपना पंजाबी या होर कोई रीजनल लैंग्वेज हो। सत श्री अकाल जी, पहले तो थोड़ा बधाई चौपाल के एस्टैबलिश होने बहुत बहुत बधाई, थैंक्स फॉर कमिंग टू कैनेडा। थोड़ा पता है जिस तरह तुम कैनेडा घूम चुके हो तो पता लग चुका होना है, इतना जो IPTV बॉक्स बहुत पॉपुलर है, जिदा हमने पिछले जिक्र होया कि क्वेश्चन एक पहले भी आ चुका है, तुम्हें की लगता कि जिहड़े IPTV दे विच हर मूवी अगले दिन अपलोड हो जाती है, जिन्नी मूवी चौपाल ते ने आई बिलीव आने वाले टाइम दे विच जिहड़ी मूवी तुसी रिलीज़ करोगे वो कैनेडा दी ऑडियंस नूं पहलां ही अवेलेबल हो जाएगी, तो थोनों की लगता है कि असी उस चीज़ नूं छड्ड के या एज एन ऑडियंस, जो मैं गल करा कि ऑडियंस जिहनूं फ्री दी मूवी मिल रही है देखण, जिहनूं सारा कुछ अवेलेबल है, वो अपनी फ्री दी मूवी छड्ड के टीवी दे घरे बह के देखण नालों एक ऐप डाउनलोड करके 599 पे करके ते थोड़ी मूवी क्यों देखेगी? इहदा एक एक वजह दसो कि ऑडियंस नूं की कहना चाहोगे कि क्यों तुसी वो छड्ड के ते इत्थे पे करके ते सेम मूवी देखो? वीर मेरा जवाब है वे कि अज तुहाडे बच्चे जब नैटफ्लिक्स मंगदे हैं ते तुसी नैटफ्लिक्स उहनूं लवा के दिंदे हो, उहदा कंटेंट भी तो सारा अवेलेबल हुंदा IPTV ते। अज पंजाबी दी एक असी हिम्मत करके एक ऐप बनाई है, मैं इस ट्रेड च 14 साल तो म्यूजिक कंपनी चला रहा, बंसल साहब 15 साल तो केबल तो लैके अज इस मुकाम तक पहुंचे हैं, 25 साल हो गया है ना जी। अज असी इन्नी हिम्मत करके एक ये छोटा काम नहीं है, ये नैटफ्लिक्स के बराबर ही इनू इन्वेस्टमेंट है, सब कुछ है, पर अज पंजाबी होने के नाते मैं तो एक रिक्वेस्ट करके साडा मकसद ही आई है, इंग्लैंड कोई पायरेसी नहीं है, ऑस्ट्रेलिया कोई पायरेसी नहीं है, इंडिया कोई पायरेसी नहीं है, अमेरिका भी कोई पायरेसी नहीं है, उत्थे तो पंजाबी भी तो ले ही रहे हैं ना जी। अज तो असी अज अवेयर हो के अपने बच्चों को दसीए यार पंजाबी ऐप है एक कल असी जिदे उत्ते 250-300 पंजाबी पिक्चर पा चुके हैं और नवी पिक्चर भी हर हफ्ते लॉन्च कर रहे हैं, ये सिर्फ हिम्मत बधाण की गल है। फर्स्ट ऑफ ऑल कंग्रेचुलेशंस, ते मेरा सवाल है कि जिस तरह जदों भी कोई नवी चीज़ आती है ते ऑफर्स भी लगा दी जाती ने ता जो ज़्यादा तो ज़्यादा सबसक्राइब की जा सके, तो थोड़े वालों भी कोई ऑफर्स वगैरह भी दी जा रही ने इस समय? हाँ जी, ऑफर तो टाइम टू टाइम दिने रहने, असं ऑनलाइन दें रहेंगे, जब भी कोई त्यौहार आएगा कोई कुछ होएगा कोई प्रोग्राम करा या मार्केटिंग कैंपेन करा ऑफर दें रहेंगे। थैंक यू। ऐप जो डाउनलोड की प्राइस असी बहुत घट रखी है $5, एक ज़्यादा कम भी नहीं आता इस, अस अगर पंजाबी डाउनलोड करे असी होर घटा देंगे, पर सबसक्राइब तो करन ओरिजिनल, सबनों आदत पई IPTV इतने कोई गवर्नमेंट भी साथ नहीं देंदी, तो असी रिक्वेस्ट बस यही करना चाहते हैं कि सब। चौपाल के लिए अज संदीप बंसल जी ते रूबी जी पहुँचे हुए थे, प्रेस कॉन्फ्रेंस हुई है, सो प्रेस कॉन्फ्रेंस तो बाद संदीप बंसल जी साढ़े नाल ने आ, उन्होंने पूछते हैं कि उस उन्होंने किस तरह लगी अज की प्रेस कॉन्फ्रेंस, सो बंसल साहब अज किस तरह लगे तो प्रेस कॉन्फ्रेंस तो बाद? बहुत वधिया लगे जी, सारे प्रेस कॉन्फ्रेंस आए साढ़े
यार मित्र भी आए, असी बेसिकली आए हैं कैनेडा जिन्हों एक्सटेंशन पंजाब भी हुण कहिंदे आ कि अवे अपना चौपाल बारे दसन कि पंजाबी ऐप है अवेयरनैस क्रिएट करन। तो मैनू लगता है कि जिस तरह मीडिया ने आके एक्साइटमेंट दिखाई है तो ये बहुत असी सानू बड़ी खुशी हुई। ਤੁਸੀਂ ਬਾਕੀ ਜਿਹੜੀਆਂ ਸਿਟੀਜ਼ ਆ ਉੱਥੇ ਵੀ ਜਾ ਕੇ ਆਏ ਆ, ਜਿਵੇਂ ਕਹਾਂ ਕਿ ਪ੍ਰੋਵਿੰਸਿਸ ਦੇ ਵਿੱਚ ਵੀ ਜਾ ਕੇ ਆਏ ਆ, ਵਿਲੀਪੈਗ ਦੇ ਵਿੱਚ ਜਾ ਕੇ ਆਏ ਆ, ਤੁਸੀਂ ਟੋਰਾਂਟੋ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ, ਜੋ ਵੈਨਕੂਵਰ ਦੇ ਵਿੱਚ ਆ। ਮੇਨਲੀ ਸਾਰੇ ਜਿਹੜੇ ਪੰਜਾਬੀ ਲੋਕ ਹੈਗੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਕੇਟਰ ਕੀਤਾ, ਪਰ ਮੇਨ ਇਸ਼ੂ ਇੱਥੇ ਇਹ ਹੈ ਕਿ ਪਾਇਰੇਸੀ ਹੈ, ਉਹਨੂੰ ਖਤਮ ਕਰਨ ਦੇ ਲਈ ਤੁਸੀਂ ਕੀ ਐਡਰੈਸ ਕਰਨਾ ਚਾਹੋਗੇ ਲੋਕਾਂ? ਦੇਖੀਏ, ਅਸੀਂ ਤਾਂ ਅਪੀਲ ਹੀ ਕਰ ਸਕਦੇ ਹਾਂ ਵੀ ਪੰਜਾਬੀ ਹੋਣ ਦੇ ਨਾਤੇ ਇਹਨੂੰ ਅਵੋਇਡ ਕਰੋ, ਚਪਾਲ ਓਰੀਜਨਲ ਡਾਊਨਲੋਡ ਕਰੋ, ਉਹਨੂੰ ਸਬਸਕ੍ਰਾਈਬ ਕਰੋ ਤਾਂ ਦੇਖੋ ਤਾਂ ਕਿ ਸਾਨੂੰ ਹਿੰਮਤ ਮਿਲੇ, ਹੋਰ ਅਸੀਂ ਵਧੀਆ ਕੰਟੈਂਟ ਬਣਾ ਸਕੀਏ, ਤੁਹਾਨੂੰ ਵਧੀਆ ਵਰਲਡ ਕਲਾਸ, ਤੁਸੀਂ ਵੀ ਪ੍ਰਾਊਡ ਫੀਲ ਕਰੋ ਕਿ ਪੰਜਾਬੀਆਂ ਦੀ ਐਪ ਹੈ ਇੱਕ। ਇੱਕ ਵਾਰੀ ਫਿਰ ਤੋਂ ਕੀ ਮੈਸੇਜ ਹੈ? ਮੈਸੇਜ ਇਹੀ ਹੈ ਜੀ, ਬਸ ਹਿੰਮਤ ਅਤੇ ਪਿਆਰ ਦਿਓ। ਥੈਂਕ ਯੂ ਸੋ ਮਚ ਐਂਡ ਕੰਗਰੈਚੁਲੇਸ਼ਨ। थैंक यू जी, थैंक यू। तो प्रेस कॉन्फ्रेंस के रूबी जी भी पहुंचे हुए हैं। रूबी जी, पहले तो प्रेस कॉन्फ्रेंस हुई है जो सरी के वैनकूवर के किमें लग रहा? सांझा टीवी नूं पहला जी दर्शकों सत श्री अकाल जी, प्रेस कॉन्फ्रेंस हुई है जी सरी च, ये तो साडा अपना घर है, अजकल मैं इत्थे ही रह रहा सरी च ही, और मैं सारी जगह टोरंटो वैनिपैग सब जगह प्रेस कॉन्फ्रेंस करके आया, पर यह प्रेस कॉन्फ्रेंस बहुत वधिया अज अपनी हुई है जी, इत्थे बहुत हौसला मिलिया सानू। ਜਿਵੇਂ ਕਿ ਤੁਸੀਂ ਹੌਸਲਾ ਮਿਲਿਆ ਆ, ਅਸੀਂ ਮੈਂ ਪਹਿਲਾਂ ਵੀ ਬਾਂਸਾ ਸਾਹਿਬ ਨਾਲ ਗੱਲ ਕਰਦੀ ਸੀ ਪਾਇਰੇਸੀ ਦੇ ਬਾਰੇ, ਪਾਇਰੇਸੀ ਦੇ ਬਾਰੇ ਕਿਵੇਂ ਤੁਸੀਂ ਲੋਕਾਂ ਨੂੰ ਅਵੇਅਰ ਕਰੋਗੇ ਕਿ ਪਾਇਰੇਸੀ ਪਾਇਰੇਟਿਡ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ? ਦੇਖੋ, ਅਸੀਂ ਅਵੇਅਰ ਹੀ ਕਰ ਸਕਦੇ ਹਾਂ, ਰਿਕੁਐਸਟ ਸਿਰਫ ਪੰਜਾਬੀ ਹੋਣ ਦੇ ਨਾਤੇ ਅਸੀਂ ਰਿਕੁਐਸਟ ਕਰ ਸਕਦੇ ਹਾਂ, ਹੋਰ ਤਾਂ ਸਾਡੇ ਕੋਈ ਹਥਿਆਰ ਹੈ ਨਹੀਂ। ਅੱਜ ਕੀ ਹੈ ਕਿ ਇੰਗਲੈਂਡ 'ਚ ਨਹੀਂ ਹੈ, ਆਸਟ੍ਰੇਲੀਆ ਨਹੀਂ ਹੈ, ਅਮੈਰੀਕਾ ਨਹੀਂ ਹੈ, ਸਿਰਫ ਕੈਨੇਡਾ, ਕੈਨੇਡਾ 'ਚ ਪਾਇਰੇਸੀ ਹੈ, ਔਰ ਅਸੀਂ ਆਪਣੇ ਬੱਚਿਆਂ ਨੂੰ ਇਹ ਪੰਜਾਬੀ ਐਪ ਹੈ ਇਹਨੂੰ ਹੌਸਲਾ ਦੇ ਕੇ ਆਪਾਂ ਸਬਸਕ੍ਰਾਈਬ ਕਰਕੇ ਡਾਊਨਲੋਡ ਕਰਕੇ ਸਾਡੀ ਹਿੰਮਤ ਵਧਾਊਗਾ। ਬਹੁਤ ਘੱਟ ਪੈਸੇ, ਜਿਵੇਂ ਤੁਸੀਂ ਕਿਹਾ ਕਿ $5 ਦੇ ਲਈ ਇਹ ਐਪ ਜਿਹੜੀ ਡਾਊਨਲੋਡ ਹੋ ਜਾਂਦੀ ਹੈ, ਇਹ $5 ਮੰਥਲੀ ਹੈ ਕਿ ਈਅਰ ਜਦੋਂ ਤੁਸੀਂ ਕਰਦੇ ਹਾਂ ਤਾਂ ਉਹਦੇ ਲਈ ਵੀ ਕੁਝ ਡਿਸਕਾਊਂਟ ਮਿਲਦਾ? $5 ਮੰਥਲੀ ਹੈ ਜੀ, ਇਹਨੂੰ ਅਗਰ ਈਅਰਲੀ ਕਰਦੇ ਹਾਂ ਤਾਂ ਹੋਰ ਸਸਤੀ ਹੈ, ਅਸੀਂ ਹੋਰ ਵੀ ਸਸਤੀ ਕਰ ਦਾਂਗੇ ਪੰਜਾਬੀਆਂ ਲਈ, ਬਟ ਓਰੀਜਨਲ ਦੇਖਾਂ। ਸੋ ਕੀ ਮੈਸੇਜ ਹੈ ਜੀ ਅੱਜ ਦੇ ਲਈ? ਮੈਸੇਜ ਆਈ ਹੈ ਜੀ ਵਾਰ ਵਾਰ ਫਿਰ ਉਹੀ ਮੈਸੇਜ ਕਿ ਤੁਹਾਡੀ ਆਪਣੀ ਨੈੱਟਫਲਿਕਸ ਹੈ, ਇਹਨੂੰ ਤੁਸੀਂ ਓਰੀਜਨਲ ਦੀ ਤਰ੍ਹਾਂ ਹੀ ਦੇਖੋ, ਬਸ ਸਾਡਾ ਹੌਸਲਾ ਵਧਾਓ। ਥੈਂਕ ਯੂ ਸੋ ਮਚ ਐਂਡ ਕੰਗਰੈਚੁਲੇਸ਼ਨ। ਸੋ ਬਾਰ ਸਾਹਿਬ, ਅੱਜ ਆਪਾਂ ਚੌਪਾਲ ਦੀ ਪ੍ਰੈਸ ਕਾਨਫਰੰਸ 'ਤੇ ਆਏ ਹੈਗੇ ਹਾਂ, ਪਹਿਲਾਂ ਤਾਂ ਦੱਸੋ ਤੁਹਾਨੂੰ ਕਿਵੇਂ ਲੱਗ ਰਿਹਾ? ਹਾਂ ਬਿਲਕੁਲ ਜੀ, ਇੱਕ ਤਾਂ ਮੈਂ ਸਾਰੇ ਅਦਾਰੇ ਨੂੰ ਵਧਾਈਆਂ ਜਿੱਥੇ ਦਿੰਦਾ, ਪਰ ਨਾਲ ਦੀ ਨਾਲ ਇੱਕ ਪੰਜਾਬੀ ਹੋਣ ਦੇ ਨਾਤੇ ਜਦੋਂ ਪੰਜਾਬੀਆਂ ਦੇ ਵਿੱਚ ਕੁਛ ਵਧੀਆ ਵਿਚਰ ਰਿਹਾ ਜਾਂ ਵਧੀਆ ਹੋ ਰਿਹਾ ਤਾਂ ਨੈਚੁਰਲੀ ਬੜੀ ਖੁਸ਼ੀ ਹੁੰਦੀ ਆ, ਅਤੇ ਮੈਂ ਵੀ ਇਸ ਅਦਾਰੇ ਨੂੰ ਆਪਣੇ ਵੱਲੋਂ, ਆਪਣੇ ਸਾਰੇ ਬਿਜ਼ਨਸ ਅਦਾਰਿਆਂ ਵੱਲੋਂ ਮੁਬਾਰਕਬਾਦ ਦਿੰਦਾ ਅਤੇ ਇਹਨਾਂ ਨੂੰ ਸ਼ੁਭਕਾਮਨਾ ਦਿੰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਦਿਨ ਦੂਣੀ ਰਾਤ ਚੌਕਣੀ ਤਰੱਕੀ ਕਰਨ। ਜਿਵੇਂ ਆਪਾਂ ਦੇਖ ਰਹੇ ਹਾਂ ਕਿ ਪੰਜਾਬੀ ਇੰਡਸਟਰੀ ਵੀ ਵੱਧ ਫੁੱਲ ਰਹੀ ਹੈ, ਕਿਵੇਂ ਲੱਗ ਰਿਹਾ? ਬਹੁਤ ਚੰਗਾ ਲੱਗਦਾ, ਵੈਸੇ ਕੋਈ ਵੀ ਚੀਜ਼ ਜਿਹੜੀ ਆਪਣੀ ਹੁੰਦੀ ਹੈ ਉਹ ਜਦੋਂ ਵੱਧਦੀ ਫੁੱਲਦੀ ਹੈ ਉਹ ਨੈਚੁਰਲੀ ਚੰਗੀ ਹੁੰਦੀ ਆ, ਸੋ ਇੱਦਾਂ ਦੇ ਅਦਾਰਿਆਂ ਦਾ ਹੋਰ ਖੁੱਲ੍ਹਣਾ, ਇਹਦੇ ਨਾਲ ਆਪਣਾ ਜਿੱਥੇ ਸਾਡਾ ਐਂਟਰਟੇਨਮੈਂਟ ਜੁੜਿਆ ਹੈ ਨਾਲ ਦੀ ਨਾਲ ਕਿਤੇ ਨਾ ਕਿਤੇ ਜਾ ਕੇ ਸਾਡੀਆਂ ਬੋਲੀਆਂ ਵੀ ਜੁੜੀਆਂ ਹੁੰਦੀਆਂ ਨੇ, ਸੋ ਆਈ ਐਮ ਵੈਰੀ ਸ਼ੋਰ ਇਟਸ ਵੀ ਵੈਰੀ ਬੈਨੀਫਿਟ ਟੂ ਆਲ ਆਫ ਅਸ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਅੱਜ ਸਾਰੇ ਚੌਪਾਲ ਦੇ ਲਈ ਪ੍ਰੈਸ ਕਾਨਫਰੰਸ ਹੋਈ ਆ, OTT ਪਲੇਟਫਾਰਮ ਉੱਥੇ ਮੌਜੂਦ ਸੀ ਅਤੇ ਉੱਥੇ ਸਭ ਸਾਰਿਆਂ ਨੂੰ ਜਾਣਦੇ ਆ, ਸਾਰੇ ਜਾਣਦੇ ਆ ਉਹਨਾਂ ਨੂੰ, ਸੋ ਬਹੁਤ ਹੀ ਵਧੀਆ ਸਿੰਗਰ ਸਰਬਜੀਤ ਚੀਮਾ ਜੀ ਇੱਥੇ ਪਹੁੰਚੇ ਹੋਏ ਨੇ, ਸੋ ਚੀਮਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ, ਅਤੇ ਨਾਲ ਨਾਲ ਮੈਂ ਇਹ ਵੀ ਕਹੂੰਗੀ ਕਿ ਅੱਜ ਚੌਪਾਲ ਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਚੌਪਾਲ ਕਿਸ ਤਰ੍ਹਾਂ ਡਾਊਨਲੋਡ ਕੀਤੀ ਜਾ ਸਕਦੀ ਹੈ, ਤੁਸੀਂ ਦੱਸੋ ਐਜ਼ ਅ ਸਿੰਗਰ ਅਤੇ ਨਾਲ ਨਾਲ ਐਕਟਰ ਵੀ ਪੰਜਾਬੀ ਸਿਨੇਮਾ 'ਚ ਕਿੰਨਾ ਕੁ ਯੋਗਦਾਨ ਹੋ ਸਕਦਾ? ਇਹ ਤੁਸੀਂ ਸਾਡਾ ਸਵਾਗਤ ਕਰਦੇ ਹੋ ਜੀ, ਬਟ ਅਸੀਂ ਚੌਪਾਲ ਦੀ ਟੀਮ ਦਾ, ਸਾਡੇ ਸ਼ਹਿਰ ਰਹਿਣ ਦਾ ਸਵਾਗਤ ਕਰਦੇ ਹਾਂ, ਜੋ ਕਿ ਜਿਨ੍ਹਾਂ ਨੇ ਚੌਪਾਲ ਇੱਕ ਮਧਿਅਮ ਮੀਡੀਅਮ ਇੱਕ ਲਾਂਚ ਕੀਤੀ, ਐਪ ਲਾਂਚ ਕੀਤੀ ਆ, ਜਿਵੇਂ ਨੈੱਟਫਲਿਕਸ ਦਾ ਦੂਜਾ ਰੂਪ ਆ ਜੀ, ਜਿਹਦੇ ਉੱਪਰ ਵੱਧ ਤੋਂ ਵੱਧ ਮੈਕਸੀਮਮ ਜਿਹੜਾ ਪੰਜਾਬੀ ਦਾ ਪ੍ਰੋਡਕਟ ਹੈ, ਭਾਵੇਂ ਉਹ ਫਿਲਮਾਂ ਹੋਣ, ਸ਼ਾਰਟ ਫਿਲਮਾਂ ਹੋਣ, ਫੀਚਰ ਫਿਲਮਾਂ ਹੋਣ, ਪੰਜਾਬੀ ਸੰਗੀਤ ਹੋਵੇ, ਵੀਡੀਓਜ਼ ਹੋਣ, ਉਹ ਰਿਲੀਜ਼ ਹੋਏਗਾ। ਪਰ ਮੈਂ ਰੂਬੀ ਭਾਅ ਜੀ ਨੂੰ, ਬਾਂਸਲ ਸਾਹਿਬ ਨੂੰ ਵਧਾਈ ਦਿੰਦਾ, ਇਹ ਬਹੁਤ ਪੁਰਾਣੇ ਹੰਢੇ ਹੋਏ ਮੱਝੇ ਹੋਏ ਇਨਸਾਨ ਨੇ, ਇਹਨਾਂ ਦਾ 25-25 30-35 ਸਾਲ ਦਾ ਤਜਰਬਾ ਇਸ ਲਾਈਨ ਦਾ, ਅਤੇ ਉੱਥੋਂ ਮੈਨੂੰ ਆਸ ਲੱਗਦੀ ਹੈ ਕਿ ਜਿਹੜਾ ਚੌਪਾਲ ਹੈ ਇਹਦੇ 'ਤੇ ਇਹ ਬਹੁਤ ਪ੍ਰੋਫੈਸ਼ਨਲੀ ਉਹਨੂੰ ਰਨ ਕਰਨਗੇ, ਔਰ ਡਿਪੈਂਡ ਕਰਦਾ ਹੁਣ ਜਿਹੜਾ ਪ੍ਰੋਡਕਟ ਹੈ, ਮੈਨੂੰ ਪਹਿਲਾਂ ਵੀ ਸਵਾਲ ਪੁੱਛਿਆ ਗਿਆ ਕਿ ਤੁਸੀਂ ਆਸ ਰੱਖਦੇ ਹਾਂ ਵੀ ਇਹ ਨੈੱਟਫਲਿਕਸ ਨੂੰ ਕੱਟੇਗੀ, ਉਸ ਤੋਂ ਉੱਪਰ ਜਾਏਗੀ, ਉਹ ਡਿਪੈਂਡ ਕਰਦਾ ਕਿ ਅਸੀਂ ਇਹ 'ਤੇ ਪ੍ਰੋਡਕਟ ਜਿਹੜਾ ਜੀ ਉਹ ਕਿੱਦਾਂ ਕਦਾਂ ਪਾਉਂਦੇ ਹਾਂ, ਬਹੁਤ ਅੱਛੀਆਂ ਅੱਛੀਆਂ ਫਿਲਮਾਂ ਆਉਣ, ਅੱਛਾ ਅੱਛਾ ਸੰਗੀਤ ਆਵੇ, ਔਰ ਜਿਵੇਂ ਉਹਨਾਂ ਨੇ ਗੁਜ਼ਾਰਿਸ਼ ਕੀਤੀ ਸੀ ਉਹ ਮੈਂ ਵੀ ਬੇਨਤੀ ਕਰਦਾ, ਅਸੀਂ ਤਾਂ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਹਾਂ ਕਿ ਸਾਨੂੰ ਜਿਹੜੀ ਪੰਜਾਬੀ ਕਮਿਊਨਿਟੀ ਆ ਸਾਨੂੰ ਕਮਿਟਡ ਹੋਣਾ ਪੈਣਾ ਕਿ ਅਸੀਂ ਜਿਹੜਾ ਫ੍ਰੀ ਦੇ ਵਿੱਚ ਸਾਨੂੰ ਫਿਲਮਾਂ ਅਤੇ ਗਾਣੇ ਮਿਲਦੇ ਆ ਉਹ ਅਸੀਂ ਨਾ ਦੇਖੀਏ, ਅਸੀਂ ਆਪਣੀ ਜ਼ਿੰਦਗੀ ਜਿਉਣ ਲਈ ਬਹੁਤ ਵੱਡੇ ਵੱਡੇ ਮਹੱਲ, ਬਹੁਤ ਵੱਡੀਆਂ ਵੱਡੀਆਂ ਕਾਰਾਂ, ਗੱਡੀਆਂ,
ब्रांडेड कपड़े असी पाने बहुत पैसा खर्चते हैं और जी एंटरटेनमेंट है ये बहुत पैसा लगता भावें फिल्म हो भावें गीत होन भी असी एक प्रोपर माध्यम राही जोड़ा प्रोपर तरीका कि असी जे दिल करता तो उन्होंने पैसे लेके देखो पैसे खर्च के देखो जो नहीं दिल करता फिर ना देखो वो तो चोरी का जितों समान मिलता वो ना देखो सानू कमिटड होना पैना असी कमिटड होवे तो आने वाले समय के चंगा प्रोडक्ट चंगी फिल्म वो आनगियां तो चौपाल की टीम में मैं एक बार फिर बधाई दिना और मैं आस रखदा कि जिवें रूबी भाजी उन्हें पहले स्पीड कंपनी का बंसल साहब ने केबल ओपरेटर तो लैके प्रिया कंपनी होर बहुत कुछ पंजाबी इंडस्ट्री किया तो मैं लगता कि प्रोफेसनल टीम आ और बहुत अच्छा होएगा अच्छा प्रोडक्ट लेके आएंगे तो ऑल द बेस्ट फॉर द चौपाल। अच्छा तुहाडे गल्लां चों मैनूं सवाल आया कि जिवें तुसीं कहा कि बहुत टैलेंट नूं भी हुंगारा मिलेगा हुण जिवें इह कह रहे हैं कि वैब सीरीज होर भी बनाईआं जाणगीआं हुण इहदे विच देखिआ कि जिन्हां लोकां नूं फिल्मां दे विच 5-5 मिंट दा रोल सी उह निखर के वैब सीरीज दे विच सामणे आउंदे आ हुण पंजाबी दीआं वैब सीरीज भी ज़्यादा होणगीआं हुण इहदे नाल भी फर्क पएगा उहनां आर्टिस्ट नूं भी जिन्हां दे कोल 5-5 मिंट दे रोल ने ते नाल नाल इकोनमी नूं भी ते नाल नाल सिनेमा नूं भी जे पंजाबी दी पूरी पूरी दी गल्ल बिल्कुल जी तुहाडी गल नाल मैं तुसी मेरी गल चो सवाल कढ़िया तो मैं तुहाडी गल नाल 100% सहमत हाँ बहुत अच्छे अच्छे आर्टिस्ट जिहड़े पंजाब दे विच बैठे आ पंजाबी आर्टिस्ट दुनिया भर च बैठे आ बहुत सारे कंट्री शहरां दे विच बहुत अच्छे आर्टिस्ट आ जिवें तुसी गल कही कि 5 मिनट दे रोल दे नाल बंदा निकल के सामने आ जांदा इस तरह होर बहुत हजूम हाले आर्टिस्टां दा बैठा जिहड़े हाले लोकां दे सामने नहीं आए प्रोड्यूसर दे सामने नहीं आए तो यह जिहड़ा इदां दा माध्यम है चौपाल आ ये अपनी प्रोडक्शन तैयार करेंगे प्राइवेट प्रोड्यूसर लोग अपना प्रोडक्ट तैयार करके इन्हों बेचणगे एक होर जी क्लीप हैगी है एक होर ट्रैक बन गया जिहदे उपर जी पंजाबी इंडस्ट्री साडा प्रोडक्ट है वह प्रमोट होएगा तो ये ओबियसली फर्क पैना चाहिए जेडे वो आर्टिस्ट घर बैठे या थोड़ा काम करते हैं उन्होंने एक राह होर खुल गया जी। धन्यवाद जी तुहाडा ते की कहोगे चौपाल की टीम? चौपाल की टीम मैं ऑल द बेस्ट कहूँगा और साडे शहर वैनकूवर के आए निकी जी हाँ कहूँगा जी और गुड लक फॉर द फ्यूचर। थैंक यू। सो पंजाबी इंडस्ट्री का एक जानिया मानिया ना गिल हरदीप अज पहुँचे हुए हैं इतने इन्हों गलबात करते हैं। सो गिल हरदीप जी सत श्रीकाल पहला तो स्वागत है तुहाडा। अज असी चौपाल की वैबसाइट के बारे जाने OTT प्लेटफॉर्म के बारे मैं कहूँगी जाने। सो ये तुहानू लगता है कि नैटफ्लिक्स ये पंजाबियों की एक वड्डी नैटफ्लिक्स हो के बाहर निकलेगी? बिल्कुल जी पूरी उम्मीद है जिस तरह तुम दसिया भी इतने असं सुन रहे पिछले बैठे और मैं पहले तो मुबारकबाद देना सारे जे तुम इन्ना वड्डा उपराला किया तो पूरी उम्मीद है भी लोगों की आसा तो पूरी उतरूगी। जिवें तुसीं कहा कि लोगों की आसा हुण पंजाबी इंडस्ट्री तो बहुत वध गईआं ने तुसीं पंजाबी इंडस्ट्री का एक पार्ट हैगीआं चाहे सिंगिंग के जरिए हैगीआं पर इहदे विच मूवीज़ भी हैगीआं ने वैब सीरीज़ भी हैगीआं ने तुहानू लगता है कि पंजाबी वैब सीरीज़ नूं हुण हौली हौली हंगारा तो मिल रहा कि वह एक गोल्डन लैवल पार करके जाणगीआं? बिल्कुल जिस लैवल पर तुसीं इहनूं खोल रहे हो चला रहे हो हुण शुरू कीता तुसीं तो पूरी उम्मीद है भी इस पर बहुत वड्डा काम होगा जिहड़ा आने वाले समय के विच। चौपाल की टीम के लिए की कहोगे? मैं दिलों मुबारक दिना चढ़ती कला जिंदाबाद। थैंक यू जी गलबात कर। थैंक यू जी अर्शी थैंक यू। सो अच्छा चौपाल की प्रेस कॉन्फ्रेंस हुई है तुम की कहोगे कि चौपाल की नवी जी OTT प्लेटफॉर्म आया नैटफ्लिक्स कहें मात पा देगा तो लगता कि इदा होएगा? बहुत हार्ड है जी वैसे पर जे हम आप एक पंजाबी तौर पर सोचिए तो मैं लगता आप हेल्प भी करनी चाहिए आ जिमें हमने एडा पैसा खर्च रहे हैं जी पर दूसरे पास कंपीटिशन टफ जिमें कह रहे हैं कि 599 पर मंथ करना अगे भी बहुत सारे इस तरह चैनल आए हैं जिमें उन्होंने प्राइस सैट की सी पर कामयाब नहीं हो सके जी पर फिर भी साढ़े शुभ शामा ने जी इन्हों के असं भी चाहते हैं कि जी पायरेसी बंद हो जो वधिया ओरिजिनल प्रोडक्ट हैगा वह बिके सो मैं लगता कि अगर साढ़े परिवार चाहे तो जरूर कामयाब हो जी। जी थैंक यू जी सो मच। सो अच्छा चौपाल की प्रेस कॉन्फ्रेंस के उत्ते आए हैं तो अवराज जी साढ़े नाल ने। सो पहला अवराज जी चौपाल बारे दसो अज प्रेस कॉन्फ्रेंस हुई है होर इनफॉर्मेशन मिली है OTT प्लेटफॉर्म आ तुहानू की लगता है कि पंजाबी लई पंजाबी सिनेमा दे लई वैब सीरीज़ दे लई किन्ना क बेनीफिशियल हो सकता? एक बहुत वधिया चीज़ है जी पंजाबी एक रीजनल लैंगुएज दे विच चौपाल ने बहुत सोहना काम किया आ और जिन्नियां इन्हां दीआं वैब सीरीज़ इन्होंने मतलब जो काम किया बड़ा अट्रैक्टिव आ पसंद आ रहा मैं खुद आई थिंक 5-6 वैब सीरीज़ इन्हों देखिया ने जिन्हें च पंछी सी तो होर भी कुछ सगिया दे आर डूइंग वेरी गुड बहुत वधिया कर रहे हैं। अच्छा जिवें तुसीं भी एक वैब सीरीज़ लैके आ रहे हैं सीरीज़ आ रही हैगी उस तरह नाल किस तरह तुहानू लगता है कि जिहड़े वैब सीरीज़ बनाउण वाले भी ने वैब सीरीज़ काम करने वाले आर्टिस्ट भी है उन्होंने भी हुंगारा मिलेगा? बहुत ज़्यादा
क्योंकि जेड़े लोग वड्डे लैवल ते नहीं जा सकते सीगे जां जिन्हां नूं एक प्लेटफॉर्म नहीं मिलदा सीगा तां उह साडे वर्गे लोग भी एक मतलब प्लेटफॉर्म ਲੈ ਸਕਦੇ ਆ ਜਿੱਥੋਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਬਹੁਤ ਸਪੋਰਟ ਮਿਲੇਗੀ ਔਰ ਆਈ ਥਿੰਕ ਚਪਾਲ ਇਜ਼ ਦ ਬੈਸਟ ਪਲੇਸ ਕਿ ਜਿੱਥੇ ਚਪਾਲ ਹਰ ਕਿਸੇ ਨੂੰ ਸਪੋਰਟ ਕਰ ਰਿਹਾ ਆ ਔਰ ਮੈਨੂੰ ਲੱਗਦਾ ਕਿ ਇੱਕ ਨਵੇਂ ਆਰਟਿਸਟ ਨਵੇਂ ਪ੍ਰੋਡਿਊਸਰਾਂ ਲਈ ਔਰ ਨਵੇਂ ਰਾਈਟਰਸ ਲਈ ਚਪਾਲ ਬਹੁਤ ਕੁਝ ਕਰ ਰਿਹਾ ਆ ਕੀ ਕਹੋਗੇ ਚਪਾਲ ਦੀ ਟੀਮ ਬੈਸਟ ਆਫ ਲੱਕ ਐਂਡ ਦੇ ਆਰ ਡੂਇੰਗ ਗ੍ਰੇਟ थैंक यू जी थैंक यू सो मच सो टाइम्स ऑफ कैनेडा तो मिस्टर विनय शर्मा इतने है शर्मा जी चौपाल की प्रेस कॉन्फ्रेंस हुई है तो लगता है कि किस तरह की यह होने वाली है ऐप तुसी डाउनलोड कर रहे हो हाँ जी हाँ जी बिल्कुल देखो गल है कि मीडिया के जो आप आए ना दूजे मीडिया की सपोर्ट करना तो साडा परम ड्यूटी बनती है फस्ट ड्यूटी बनती है सो जे असी नहीं सपोर्ट करेंगे मीडिया एक दूजे तो कौन होर करेगा रूबी और बंसल साहब बहुत बहुत मुबारक अज लॉन्च हो गया और सरी ज कैनेडा की जो आप गल करिए इतने अपॉर्चुनिटीज़ बढ़ रही जिन्हिया भी पंजाबी मूवीज़ या हिंदी मूवीज़ भी आदि तुम कई बार देखोगे कि वो ज़्यादा बिजनेस नॉर्थ अमेरिका कर जाए कई बार इंडिया के मुकाबले भी सो यह मतलब है कि इतने के लोग जोड़े ने एंटरटेनमेंट पसंद करते हैं एंटरटेनमेंट देखना चाहते हैं किन्ने टीवी चैनल्स हो गए हैं किन्ने मैगजीनज़ ने इतने रेडियो स्टेशन हर रोज़ हर दुए तीए चौथे दिन एक नवा कैनेडा जी कि खुल रहा सो लोगों की नीड है एंटरटेनमेंट इतने और चौपाल के आना मेरे ख्याल चौपाल एक अपनी अलग जगह बनाएगा और कुछ तो अलग करना ही पेगा मुबारक देनिया चाहना मैं असी तो मीडिया वाले सुख मानते हैं कि सारे वीडियो जिन्हें भी मीडिया वाले ने वधन फुलन असी भी नाल ही कहते नहीं परमात्मा सब नू राजी खुशी करे तरक्या करे तो शुरू साढ़े तो करे तो मेरे वालों तुहानू भी धन्यवाद बाकी मीडिया चैनल्स वाले भी मुबारक कि एक होर साड़ी फैमिली बंदे वधे ने एक होर चैनल वध्या एक होर प्लेटफॉर्म वध्या जो फैमिली वड्डी हुंदी है ना जी स्ट्रेंथ भी वध जांदी है सो गवर्नमेंट ऑफ कैनेडा तो असी बहुत सारिया चीज़ा जिहड़ियां साडियां अपनी लैंग्वेज वास्ते पंजाबी हिंदी अज की डेट के किसी भी लैंग्वेज कोई चीज़ आँदी है सारे लोग उन्होंने पसंद करते हैं देखते हैं सो अंत के फिर मुबारक जी बहुत ही वधिया बहुत अच्छा लग रहा सरी के होर गहमा गहमी हो रही है साढ़े भैन भरा होर वध रहे हैं मीडिया वाले अच्छा लग रहा थैंक यू जी थैंक यू सो मच सो चौपाल की प्रेस कॉन्फ्रेंस के उत्ते अज परम जी भी साढ़े नाल ने उन्होंने गल करते हैं तो उन्होंने पूछते हैं उन्होंने किस तरह लग्या ये ओ टी टी प्लेटफॉर्म सो वेलकम फर्स्ट ऑफ ऑल सो चौपाल एक ओ टी टी प्लेटफॉर्म है किस तरह लग्या जो कहते हैं कि नैटफ्लिक्स तो उत्ते जाए हाँ जी ये बहुत वधिया प्लेटफॉर्म आदा होना चाहिए आ नवे बंद भी अपॉर्चुनिटी मिलेगी हाँ जी सो चौपाल की प्रेस कॉन्फ्रेंस हुई है चौपाल की प्रेस कॉन्फ्रेंस तो बाद तो लगता है कि मैसेज होएगा तो पंजाबियों की चौपाल डाउनलोड करन जां ना करन नहीं देखो बहुत अच्छी गल हैगी कि जिहड़ा ऐप चौपाल आ गई हैगी पंजाबियों की खास तौर पर ऐप हैगी जो आप देखते हैं होर ऐप जिवें नैटफ्लिक्स हैगी अमेजोन हैगी उन्होंने 1992 तो लैके हूँ तक जो 10-12 साल लग गए उस इस प्लेटफॉर्म पर पहुँचने लिए जो आप देखते हैं कि अजी नवी ऐप हैगी चौपाल पंजाबी दे विच शुरुआत की हैगी नवा कॉन्टेंट आएगा मेरे ख्याल दे विच $5 दे विच इन्ना कुछ दे रहे हैं वो बहुत बड़ी गल है सो कह सकते हैं कि डाउनलोड करनी चाहिए हैगी है सो ये पंजाबी सिनेमा के लिए पंजाबियों के लिए एक कह सकते हैं कि चैरी ऑन द केक होएगा तुहानू की लगता है कि चौपाल नैटफ्लिक्स के जो रैकर्ड ब्रेक कर सकता नहीं देखो हजे हौली हौली प्रवाज लै गई बहुत सारा कॉन्टेंट आ कैनेडा तो अमेरिका का कॉन्टेंट आ जे आप देखा जाए तो किसी भी चैनल ने अज तक दिखाया नहीं गा सो हजे बहुत चीज़ा ने कैनेडा ने लोगों की स्ट्रगल हैगी आम लोग स्टूडेंट्स की लाइफ आ होर बहुत सारे किस्से ने कहानियां ने इतों की मेरे ख्याल 150 साल के इतिहास में जे कि दिखाने का बहुत वधिया मौका है सो चौपाल ने पहलकदमी की हैगी सो मैं तो उम्मीद करता कि इन फ्यूचर के जोड़ा ये शुरुआत हैगी अजे पर बहुत कुछ अगे मील पत्थर तय करने ने की मैसेज है जी नहीं मेरा तो मैसेज यह है भी $5 के जो नैटफ्लिक्स हैगा वो $12 हैगा अमेजोन हैगा $10 तो ये साल का लै रहे हैं वो महीने महीने लै रहे हैं $5-$5.5 सो मेरे ख्याल कॉन्टेंट होर बहुत सारा आ रहा है जिस तरीके संदीप भाजी रूबी भाजी दस रहे थे सो मैं उम्मीद करदा कि जिहड़े लोग देख रहे हैं एक बार चौपाल जिहड़ा हैगा वो सोनी ते भी आ गया क्रोम ते भी हैगा सो मैं भी डाउनलोड की है थोड़ी थोड़ी टैक्निकल एरर ने पर वो जरूरी दुरुस्त करेंगे असी एज अ फिल्म मेकर मैं तो स्टूडियो सैवन वालों जिन्हें भी दर्शक थोड़े देखने वाले ने उन्होंने अपील करांगा कि जरूर ये पहलकदमी आ और इनू तुसी जरूर मौका दो उत्साहित करो जी थैंक यू सो मच